ਉਧਰ ਦੁਆਬਾ ਇਲਾਕੇ 'ਚ ਹੜ੍ਹਾਂ ਦੀ ਮਾਰ ਲਗਾਤਾਰ ਜਾਰੀ ਹੈ। ਤਿੰਨ ਤਸਵੀਰਾਂ ਜਲੰਧਰ ਦੇ ਸ਼ਾਹਕੋਟ ਇਲਾਕੇ ਦੀਆਂ ਤੁਹਾਨੂੰ ਵਿਖਾਉਂਦੇ ਹਾਂ। ਅਤੇ ਫਿਲਹਾਲ ਹੜ੍ਹਾਂ ਦਾ ਪਾਣੀ ਬਹੁਤ ਤੇਜ਼ ਗਤੀ ਨਾਲ ਵਹਿ ਰਿਹਾ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ, ਲੋਕ ਸਤਲੁਜ ਦੇ ਬੰਨ ਨੂੰ ਪੂਰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। NDRF ਦੀ ਟੀਮਾਂ ਵੀ ਲੋਕਾਂ ਦੀ ਮਦਦ ਕਰ ਰਹੀ ਹੈ, ਤੈਨਾਤ ਹੈ। ਫੌਜ ਵੱਲੋਂ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਫੌਜ ਦੇ ਰਾਹਤ ਕਾਰਜ ਜਿਹੜੇ ਨੇ ਲਗਾਤਾਰ ਜਾਰੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਲੋਕਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ ਅਤੇ ਤਮਾਮ ਤਰ੍ਹਾਂ ਦੀ ਰਸਦ ਵੀ ਪਹੁੰਚਾਈ ਜਾ ਰਹੀ ਹੈ। ਤਸਵੀਰਾਂ ਦੇ ਜ਼ਰੀਏ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਕੁ ਨੁਕਸਾਨ ਹੋਇਆ। ਜਿੱਥੇ ਵੀ ਨਜ਼ਰ ਦੌੜਾਓ, ਹਰ ਥਾਂ 'ਤੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ। ਸੰਤੋਖ ਚੌਧਰੀ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ। ਪਾਣੀ 'ਚ ਡੁੱਬਿਆ ਦੁਆਬਾ ਸ਼ਹਿਰ, ਉਸ ਤੋਂ ਬਾਅਦ ਕੀ ਕੁਝ ਕਿਹਾ ਉਹਨਾਂ ਨੇ, ਇਹਨਾਂ ਸਵਾਲਾਂ ਦਾ ਜਵਾਬ ਕੀ ਕੁਝ ਦਿਆ, ਤੁਸੀਂ ਖੁਦ ਸੁਣ ਲਓ। ਜਲੰਧਰ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਸਾਡੇ ਨਾਲ ਮੌਜੂਦ ਹੈ। ਅੱਜ ਉਹ ਵੀ ਜਿਹੜੇ ਆ ਸ਼ਾਹਕੋਟ ਦੇ ਹਲਕੇ ਦੇ ਜਿਹੜੇ ਪਿੰਡ ਬਾੜ ਦੇ ਵਿੱਚ ਜਿਹੜੇ ਗ੍ਰਸਤ ਹੈ ਉਹਨਾਂ ਦਾ ਰੋਣ ਲਗਾਉਣ ਆਏ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਤੁਸੀਂ ਦੇਖਿਆ ਹੈ ਕਿਸ ਤਰ੍ਹਾਂ ਦੇ ਹਾਲਾਤ, ਕੀ ਕਹਿਣਾ ਚਾਹੁੰਦੇ? ਦੇਖੋ, ਇਹ ਦੋ ਦਿਨ ਹੋਏ ਆ ਜਿਸ ਨੇ ਬ੍ਰਿਜ ਹੋਇਆ, ਜਾਣੀਆਂ ਚਾਲ ਬ੍ਰਿਜ ਹੋਇਆ, ਔਰ ਉਸ ਦੇ ਨਾਲ ਸਾਰਾ ਪਾਣੀ ਭਰ ਆਇਆ। ਇੱਧਰ ਸੁਲਤਾਨਪੁਰ ਵਾਲਾ ਜਿਹੜਾ ਪਾਸਾ ਉੱਥੇ ਹੋਇਆ ਕ੍ਰੋਸ ਦੀ ਜਿਹੜਾ ਪੁੜ ਹੈ, ਉਸ ਦੇ ਨਾਲ ਬਹੁਤ ਸਾਰੇ ਜਿਹੜੇ ਪਿੰਡ ਇਸ ਘੇਰੇ ਵਿੱਚ ਆ ਗਏ, ਔਰ ਕੋਈ 13-14 ਪਿੰਡ ਇੱਧਰ ਸ਼ਾਹਕੋਟ ਹਲਕੇ ਦੇ ਆ, ਜਾਣੀਆਂ ਚਾਲ ਬਡਾਲਾ ਚੱਕ ਵਗੈਰਾ ਸਾਰੇ ਉਹ ਪਾਣੀ 'ਚ ਹੈ, ਔਰ ਲੋਕ ਹਾਲੇ ਵੀ ਉੱਥੇ ਫਸੇ ਹੋਏ ਹੈ। ਲੋਕਾਂ ਨੂੰ ਅਸੀਂ ਬਹੁਤ ਵਾਰ ਕਿਹਾ ਵੀ ਤੁਸੀਂ ਘਰ ਖਾਲੀ ਕਰਕੇ ਬਾਹਰ ਆ ਜਾਓ, ਪਰ ਬਹੁਤ ਸਾਰੇ ਲੋਕਾਂ ਨੇ ਪ੍ਰੈਫਰ ਕੀਤਾ ਵੀ ਅਸੀਂ ਉੱਥੇ ਰਹਿਣਾ, ਪਰ ਉਹਨਾਂ ਨੂੰ ਪ੍ਰਸ਼ਾਸਨ ਨੇ ਫੌਜ ਜਿਹੜੀ ਹੈ ਉਸ ਦੀ ਮਦਦ ਲਈ ਹੈ, ਔਰ ਉਸ ਦੀਆਂ ਬੋਟਸ ਮਿਲਟਰੀ ਦੇ ਹੈਲੀਕਾਪਟਰ ਰਾਹੀਂ ਵੀ ਅਸੀਂ ਰਾਸ਼ਨ ਔਰ ਚੀਜ਼ਾਂ ਭੇਜੀਆਂ, ਔਰ ਅੱਜ ਵੀ ਸਵੇਰ ਦੇ ਅਸੀਂ ਭੇਜ ਰਹੇ ਹਾਂ, ਪਰ ਹੁਣ ਉਹ ਜਿਹੜੀ ਸਥਿਤੀ ਆ ਉਹ ਕੰਟਰੋਲ ਵਿੱਚ ਹੈ, ਪਰ ਜਿੰਨੀ ਦੇਰ ਤੱਕ ਪਾਣੀ ਡਿਕਰੀਜ਼ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਸਥਿਤੀ ਬਣੀ। ਅੱਜ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆ ਰਹੇ ਆ, ਸੁਲਤਾਨਪੁਰ ਜਿਹੜੇ ਉਹ ਲੈਂਡ ਕਰ ਗਏ, ਉਸ ਤੋਂ ਬਾਅਦ ਇੱਥੇ ਆਉਣਗੇ। ਇੱਥੋਂ ਅਸੀਂ ਜਿਹੜਾ ਪਿੰਡ ਹੈ ਗਿੱਦੜਪਿੰਡੀ ਦਿਖਾਵਾਂਗੇ, ਪੁਲ ਜਿਹੜਾ ਕਿ ਇੱਕ ਮੇਨ ਕੌਜ ਹੈ ਜਿੱਥੇ ਕਿ ਪਾਣੀ ਬਲੋਕਸ ਹੁੰਦਾ ਜਿਹੜਾ, ਔਰ ਪਾਣੀ ਇੱਧਰ ਨੂੰ ਆਉਂਦਾ, ਉਹ ਵੀ ਅਸੀਂ ਦਿਖਾਵਾਂਗੇ। ਸੋ ਪੰਜਾਬ ਸਰਕਾਰ ਬੜੇ ਪੁਖਤਾ ਇੰਤਜ਼ਾਮ ਕਰ ਰਹੀ ਹੈ, ਪਰ ਕਿਉਂਕਿ ਇਹ ਨੈਚੁਰਲ ਕਲੈਮਿਟੀ ਹੈ, ਇਹ ਕੁਦਰਤੀ ਆਫਤ ਹੈ। ਜਿਸ ਤਰ੍ਹਾਂ ਕਿ ਕੁਦਰਤੀ ਆਫਤ ਆਈ ਹੈ, ਪਰ ਸਭ ਤੋਂ ਜ਼ਿਆਦਾ ਜਿਹੜੀ ਮਾਰ ਕਿਸਾਨ ਨੂੰ ਪੈ ਰਹੀ ਹੈ, ਇੱਕ ਤਾਂ ਉਹਦੀ ਫਸਲ ਖਰਾਬ ਹੋ ਗਈ, ਉਹਦੇ ਜਿਹੜਾ ਪਰਿਵਾਰ ਮਤਲਬ ਘਰ ਵੀ ਜਿਹੜਾ ਹੈ ਪਾਣੀ ਵਿੱਚ ਡੁੱਬ ਗਿਆ, ਉਹਦੇ ਲਈ ਪੰਜਾਬ ਸਰਕਾਰ ਕੀ? ਦੇਖੋ, ਇਹ ਹੁਣ ਪਾਣੀ ਉੱਤਰਦਾ ਉਸ ਦੀਆਂ ਅਸੀਂ ਗਿਰਦਾਵਰੀਆਂ ਕਰਾਂਗੇ, ਔਰ ਉਸਦਾ ਅਸੈਸਮੈਂਟ ਹੋਏਗੀ ਵੀ ਕਿੰਨਾ ਨੁਕਸਾਨ ਹੋਇਆ, ਔਰ ਪਹਿਲਾਂ ਹੀ 100 ਕਰੋੜ ਰੁਪਈਆ ਮੁੱਖ ਮੰਤਰੀ ਸਾਹਿਬ ਨੇ ਅਨਾਊਂਸ ਕੀਤਾ ਹੈ, ਪਰ ਮੁੱਖ ਮੰਤਰੀ ਸਾਹਿਬ ਨੇ ਹੋਰ ਭਾਰਤ ਸਰਕਾਰ ਕੋਲ ਪੈਸੇ ਮੰਗੇ, 1000 ਕਰੋੜ ਰੁਪਈਆ ਮੰਗਿਆ, ਤਾਂ ਕਿ ਇਹ ਜਿੰਨੀਆਂ ਵੀ ਜਿਹੜਾ ਨੁਕਸਾਨ ਹੈ ਉਸ ਨੂੰ ਅਸੀਂ ਉਸ ਦੀ ਭਰਪਾਈ ਕਰਾਂਗੇ। ਪੰਜਾਬ ਦੀ ਸਰਕਾਰ ਜਿਹੜੇ ਵੀ ਇਸ ਹੜ੍ਹ ਦੀ ਨਾਲ ਪ੍ਰਭਾਵਿਤ ਹੋਏ ਇਲਾਕੇ, ਉਹਨਾਂ ਨੂੰ ਪੂਰਾ ਉਹਨਾਂ ਨੂੰ ਕੰਪਨਸੇਟ ਕਰੇਗੀ, ਉਹਨਾਂ ਦੀ ਮਦਦ ਕਰੇਗੀ, ਇਹ ਅਸੀਂ ਸਾਡੀ ਵਚਨਬੱਧਤਾ ਹੈ। ਬਿਲਕੁਲ, ਜਿਸ ਤਰ੍ਹਾਂ ਕਿ ਆਪਾਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਨਾਲ ਗੱਲ ਕੀਤੀ, ਉਹ ਵੀ ਅੱਜ ਜਿਹੜਾ ਹੈ CM ਜਿਹੜੇ ਮੁੱਖ ਮੰਤਰੀ ਪੰਜਾਬ ਹੈ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਨਾਲ ਹੈ ਪਿੰਡਾਂ ਦਾ ਜਿਹੜਾ ਦੌਰਾ ਕਰਨਗੇ, ਅਤੇ ਨਾਲ ਹੀ ਉਹਨਾਂ ਨੇ ਜਿਹੜਾ ਵੀ ਕਿਹਾ ਵੀ ਜਿਸ ਤਰ੍ਹਾਂ ਪਾਣੀ ਉੱਤਰਦਾ ਹੈ ਤਾਂ ਲੋਕਾਂ ਦੀ ਸਹਾਇਤਾ ਲਈ ਜਿਹੜਾ ਨੁਕਸਾਨ ਆਇਆ ਉਹ ਵੀ ਭਰਵਾਈ ਜਿਹੜੀ ਕੀਤੀ ਜਾਵੇਗੀ। ਕੈਮਰਾਮੈਨ ਨੋਨੂ ਸ਼ਰਮਾ ਦੇ ਨਾਲ ਵਿਨੋਦ ਸੱਭਰਵਾਲ, ਲੋਹੀਆਂ ਖਾਸ। ਵਿਧਾਇਕ ਹਰਦੇਵ ਸਿੰਘ ਲਾਡੀ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ। ਵੇਖੋ CM ਸਾਹਿਬ, ਮੇਰਾ ਖਿਆਲ ਕੋਈ 12-12 ਵਜੇ ਦਾ ਟਾਈਮ ਆ, ਮੇਰਾ ਖਿਆਲ 11-11 ਵਜੇ ਸੁਲਤਾਨਪੁਰ ਆਉਣਾ, ਉੱਥੋਂ ਉੱਧਰ ਉਹਨਾਂ ਜਿੱਥੋਂ 2-3 ਜਗ੍ਹਾ 'ਤੇ ਜਿੱਥੇ ਵੀ ਉੱਥੇ ਨੁਕਸਾਨ ਹੋਇਆ ਉੱਧਰ ਸਾਈਡ ਤੋਂ ਵਿਜ਼ਿਟ ਕਰਕੇ, ਅਤੇ ਸਾਡਾ ਮਕਸਦ ਆ CM ਸਾਹਿਬ ਨੂੰ, ਦੇਖੋ ਦੁੱਖ ਤਾਂ ਉੱਥੇ ਬੈਠਿਆਂ ਵੀ ਆ, ਪਰ ਉਹ ਥੋੜ੍ਹਾ ਆਪਣੇ ਅੱਖੀਂ ਦੇਖਣਾ ਚਾਹੁੰਦੇ, ਉਹਨਾਂ ਨੇ ਆਪਣੇ ਚੌਪਰ 'ਤੇ ਸਾਰਾ ਜਿਹੜਾ ਫਲੱਡ ਏਰੀਆ ਉਹਨੂੰ ਵਾਚ ਕਰਨਾ, ਔਰ ਸਾਡੀ ਅੱਜ CM ਸਾਹਿਬ ਅੱਗੇ ਜਿਹੜੀ ਪੁਰਜ਼ੋਰ ਮੰਗ ਆ, ਜੋ ਗੱਲ ਆ, ਜੋ ਕੱਲ੍ਹ ਦਾ ਅਸੀਂ ਪਰਸੋਂ ਦਾ ਸੁਨੇਹਾ ਪਹੁੰਚਾਇਆ ਉਹਨਾਂ ਨੂੰ, ਉਹ ਇਹੋ ਹੀ ਆ ਵੀ ਜਿਹੜਾ ਸਾਡੀ ਬ੍ਰਿਜਿੰਗ ਹੋਈ ਆ ਜਾਣੀਆਂ ਪਿੰਡ ਤੋਂ, ਵੀ ਉਹਨੂੰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਰੋਕ ਪਾਈਏ। ਉਹ ਆਰਮੀ ਸਾਡੇ ਕੋਲ ਆ ਚੁੱਕੀ ਆ, ਮਟੀਰੀਅਲ ਪਹੁੰਚ ਰਿਹਾ ਉੱਥੇ, ਉਹਦੇ ਨਾਲ ਅਸੀਂ ਉਹਨੂੰ ਉੱਥੋਂ ਕੰਟਰੋਲ ਕਰਕੇ ਤਾਂ ਸਾਡਾ ਫਿਰ ਆ ਜਿਹੜਾ ਸਾਰਾ ਹੀ ਕੰਟਰੋਲ ਹੋਊਗੀ ਸਥਿਤੀ, ਉਹਨਾਂ ਚਿਰ ਅਸੀਂ ਸਥਿਤੀ ਨੂੰ ਕੰਟਰੋਲ ਨਹੀਂ ਕਰ ਪਾਵਾਂਗੇ, ਉਹਦੇ ਲਈ ਅਸੀਂ ਲੱਗੇ ਹਾਂ। ਹੈਲੀਕਾਪਟਰ ਦੇ ਇਲਾਵਾ ਰੋਡ ਤੇ ਵੀ ਕਿਸ਼ਤੀ ਰਾਈ ਵੀ ਪਿੰਡਾਂ 'ਚ ਵੀ ਜਾਣਗੇ?
ਨਹੀਂ ਸੀਆਂ ਦੇ ਪਿੰਡਾਂ 'ਚ ਜਾਣ ਨਾਲ ਮਸਲਾ ਨਹੀਂ ਹੱਲ ਹੁੰਦਾ, ਉਹਨਾਂ ਨੂੰ ਤਾਂ ਅਸੀਂ ਇੱਕ ਇਹ ਵਿਜ਼ਿਟ ਕਰਾ ਕੇ ਉਹਨਾਂ ਨੂੰ ਉਹਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ। ਉਹਨਾਂ ਨੇ ਆਪ ਰਾਤ ਸੁਨੇਹਾ ਆਇਆ ਵੀ ਮੈਂ ਆਪ ਆ ਕੇ ਦੇਖਣਾ ਚਾਹੁੰਦਾ। ਕੋਈ ਉਹ ਜਿਹੜੇ ਵੀ ਲੋਕ ਰੋਡ 'ਤੇ ਹੋਣਗੇ ਉਹਨਾਂ ਨਾਲ ਜਾ ਗੱਲ ਕਰਕੇ ਜਾਣਗੇ, ਸਾਰਿਆਂ ਦਾ ਦੁੱਖ ਸਮਝਦੇ ਆ, ਉਹ ਉੱਥੇ ਬੈਠੇ ਹੋਏ ਦੁੱਖ ਸਮਝਦੇ, ਅਸੀਂ ਜੇ ਸਾਰੀ ਗੱਲ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ। SSP ਸਾਹਿਬ, DC ਸਾਹਿਬ, ਅਸੀਂ ਰਾਤ ਦਿਨ ਇੱਥੇ ਬੈਠੇ ਹਾਂ। ਔਰ ਦੇਖੋ ਕੁਦਰਤੀ ਆਫਤ ਆ, ਅਸੀਂ ਤਾਂ ਸਾਡੇ ਲੋਕ ਸਾਨੂੰ ਸਹਿਯੋਗ ਦੇ ਰਹੇ ਆ, ਬੜਾ ਵੱਡਾ ਨੁਕਸਾਨ ਆ, ਇਹਨਾਂ ਦਾ ਬਹੁਤ ਵੱਡਾ ਜਿਗਰਾ ਵਾ, ਔਰ ਅਸੀਂ ਇਹਨਾਂ ਦੇ ਧੰਨਵਾਦੀ ਹਾਂ। ਪਰ ਇਹ ਸਾਰੇ ਅਸੀਂ ਰਲ ਕੇ ਇਸ ਸੰਕਟ ਦੇ ਵਿੱਚੋਂ ਨਿਕਲਾਂਗੇ, ਜ਼ੋਰ ਸ਼ੋਰ ਨਾਲ ਅੱਗੇ ਹੋ ਕੇ ਇਹਨੂੰ ਸੰਕਟ ਜਿਹੜਾ ਆਇਆ ਸਾਡੇ 'ਤੇ ਇਹਦੇ ਤੋਂ ਅਸੀਂ ਉੱਪਰ ਕੇ ਉੱਪਰ ਉੱਠਾਂਗੇ। ਉੱਧਰ ਕਈ ਪਿੰਡਾਂ ਦੇ ਲੋਕ ਜਿਹੜੇ ਹੜ੍ਹ ਕਰਕੇ ਪਾਣੀ 'ਚ ਘਿਰੇ ਹੋਏ ਹਨ, ਉਹਨਾਂ ਨੂੰ ਰਾਹਤ ਸਮੱਗਰੀ ਦੇਣ ਅਤੇ ਉਹਨਾਂ ਦਾ ਸਮਾਨ ਇੱਧਰ ਉੱਧਰ ਕਰਨ ਦੇ ਹੋਰ ਸਹਾਇਤਾ ਦੇਣ ਲਈ ਸਮਾਜ ਸੇਵੀ ਅਤੇ ਵਿਸ਼ੇਸ਼ ਤੌਰ 'ਤੇ ਪੁੱਜੇ ਲੋਕ ਵੀ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਦੇ ਨਜ਼ਰ ਆ ਰਹੇ ਨੇ। ਪਾਣੀ ਦੀ ਮਾਰ ਹੇਠ ਆ ਚੁੱਕੇ ਨੇ ਅਤੇ ਸੋਸ਼ਲ ਐਕਟਿਵਿਸਟ ਕਾਫੀ ਇਹੋ ਜਿਹੇ ਨੇ ਜਿਨ੍ਹਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ, ਲਗਾਤਾਰ ਮਦਦ ਜਿਹੜੀ ਹੈ ਉਹ ਪਹੁੰਚਾਈ ਜਾ ਰਹੀ ਹੈ, ਭਾਵੇਂ ਬੋਟਸ ਰਾਹੀਂ ਜਿੱਥੇ ਤੱਕ ਇਹ ਪਹੁੰਚ ਸਕ ਰਹੇ ਨੇ। ਤੁਸੀਂ ਵੇਖ ਰਹੇ ਹੋ ਸਾਡੇ ਨਾਲ ਇੱਕ ਸੋਸ਼ਲ ਐਕਟਿਵਿਸਟ ਗਰੁੱਪ ਮੌਜੂਦ ਹੈ ਜਿਹੜੇ ਕਿ ਦੂਰ ਦੂਰ ਤੋਂ ਸਮਾਨ ਲੈ ਕੇ ਆ ਰਹੇ ਨੇ, ਬਚਾਅ ਰਾਹਤ ਘਰ ਦਾ ਸਮਾਨ ਲੈ ਕੇ ਆ ਰਹੇ ਨੇ, ਭਾਵੇਂ ਗੱਲ ਕੀਤੀ ਜਾਵੇ ਮੈਡੀਕੇਸ਼ਨ ਦੀ, ਭਾਵੇਂ ਗੱਲ ਕੀਤੀ ਜਾਵੇ ਫੂਡ ਦੀ। ਅਤੇ ਜਿੱਥੇ ਤੱਕ ਇਹ ਪਹੁੰਚ ਰਹੇ ਨੇ ਇਹ ਆਪੇ ਵਰਤਾ ਰਹੇ ਨੇ ਸਾਰਾ ਸਮਾਨ, ਅਤੇ ਜਿੱਥੇ ਤੱਕ ਨਹੀਂ ਪਹੁੰਚ ਰਹੇ ਉਸ ਤੋਂ ਬਾਅਦ ਇਹ ਸਮਾਨ ਜਿਹੜਾ ਕੀ ਹੈ ਉਹ ਦਿੱਤਾ ਜਾ ਰਿਹਾ NDRF ਜਾਂ ਇੰਡੀਅਨ ਆਰਮੀ ਦੀ ਬੋਟਸ ਨੂੰ, ਤਾਂ ਕਿ ਉਹ ਲੋਕਾਂ ਤੱਕ ਪਹੁੰਚਾ ਸਕਣ। ਸਾਡੇ ਨਾਲ ਮੌਜੂਦ ਨੇ ਭਾਅ ਜੀ, ਕੀ ਨਾਮ ਜੀ? ਰੁਪਿੰਦਰ ਸਿੰਘ ਜੀ। ਭਾਅ ਜੀ ਕੀ ਕੁਛ ਮਦਦ ਲੈ ਕੇ ਆਏ ਹੋ ਤੁਸੀਂ ਲੋਕਾਂ ਲਈ? 2 ਟਰੱਕ ਰਾਸ਼ਨ ਦੇ, ਸੁੱਕੇ ਰਾਸ਼ਨ ਦੇ, ਕੁਛ ਪਾਣੀ ਜਿਹੜਾ ਪੀਣ ਲਈ ਹੈ, ਬਿਸਕੁਟ, ਰਾਸ਼ਨ ਵਗੈਰਾ ਸਾਰਾ ਹੀ ਹੈ। ਠੀਕ ਹੈ, ਅਤੇ ਕੀ ਨਾਮ ਮੈਮ ਆਪਣਾ? ਸਿਮਰਨਜੀਤ ਕੌਰ ਗਿੱਲ ਜੀ। ਸਿਮਰਨ ਜੀ, ਇੱਥੇ ਕੀ ਕੁਛ ਰਾਹਤ ਕਾਰਜ ਜਦੋਂ ਪਹੁੰਚਾਏ ਜਾ ਰਹੇ, ਤੁਹਾਨੂੰ ਇੱਥੇ ਕੀ ਕੁਛ ਹਾਲਾਤ ਵੇਖਣ ਨੂੰ? ਇੱਥੇ ਕੱਲ੍ਹ ਤੱਕ ਤਾਂ ਸਾਨੂੰ ਜੋ ਰਿਪੋਰਟ ਮਿਲੀ ਸੀਗੀ, ਅਸੀਂ ਬੋਟ ਦਾ ਅਰੇਂਜ ਕਰਨ 'ਚ ਲੱਗੇ ਹੋਏ ਸੀ, ਕਿਉਂਕਿ ਬੋਟ ਹੈ ਨਹੀਂ ਸੀਗੀ ਪਿੰਡ, ਇਹ ਤਾਂ ਕਹਿ ਰਹੇ ਆ ਕਿ ਕੋਈ ਪਿੰਡ ਨਹੀਂ ਰੁੜਿਆ ਹੈਗਾ, ਪਰ ਜੋ ਸਾਡੀ ਇੱਥੇ ਟੀਮ ਕੰਮ ਕਰ ਰਹੀ ਸੀ ਉਹਨਾਂ ਨੇ ਦੱਸਿਆ ਕਿ ਇੱਕ ਪੂਰੇ ਦਾ ਪੂਰਾ ਪਿੰਡ ਰੁੜ ਗਿਆ ਆ, ਅਤੇ ਇੱਕ ਮਤਲਬ ਇੱਕ ਪਿੰਡ ਸੀ ਜਿੱਥੇ ਸਿਰਫ ਕੱਚੇ ਘਰ ਸੀਗੇ ਅਤੇ ਉਹਦੇ ਪੂਰੇ ਪਿੰਡ 'ਚੋਂ ਸਿਰਫ ਪੂਰੇ ਪਰਿਵਾਰ 'ਚੋਂ ਇੱਕ ਬੱਚੀ ਬਚੀ ਆ ਇਕੱਲੀ। ਸੋ ਇਹ ਉਹ ਗਰਾਊਂਡ ਲੈਵਲ ਦੀ ਜਿਹੜੀ ਰਿਐਲਿਟੀ ਹੈ ਜਿਹੜੀ ਸਾਹਮਣੇ ਨਹੀਂ ਲਿਆਂਦੀ ਜਾ ਰਹੀ। ਕਿੰਨੇ ਦਿਨਾਂ ਤੋਂ ਇੱਥੇ ਜਦੋਂ ਪਾਣੀ ਆਇਆ ਹੋਇਆ ਇੱਥੇ ਬਚਾਓ, ਮਤਲਬ ਆਹ ਜਿਹੜੀ NDRF ਵੀ ਹੈ ਇਹ ਵੀ ਸਰਕਾਰ ਨੇ ਅੱਜ ਭੇਜੀ, ਅੱਜ ਸਵੇਰੇ ਪਹੁੰਚੀ ਆ, ਜਦਕਿ ਇੱਥੇ ਜਿਹੜੀ ਕੰਡੀਸ਼ਨ ਆ ਬਹੁਤ ਜ਼ਿਆਦਾ ਵਰਸਟ ਹੋਈ ਹੋਈ ਆ। ਇੱਥੇ ਪਹਿਲਾਂ ਹੀ ਜਦ ਪਤਾ ਸੀਗਾ ਵੀ ਇੱਥੇ ਹਾਲਾਤ ਖਰਾਬ ਹੋਣੇ ਆ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਉਹ ਇੱਥੇ ਪਹਿਲਾਂ ਹੀ ਇਸ ਚੀਜ਼ ਦਾ ਮਤਲਬ ਜਿਹੜੇ ਹੈਗੇ ਆ ਬਚਾਓ ਕਾਰਜ ਆ ਨਾ ਉਹਨਾਂ ਨੂੰ ਤੇਜ਼ ਕਰਦੀ, ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ। ਲੋਕ ਹਲੇ ਵੀ ਉੱਥੇ ਘਰਾਂ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਰੈਸਕਿਊ ਨਹੀਂ ਕੀਤਾ ਗਿਆ, ਉਹ ਆਪਣੇ ਘਰਾਂ ਦੇ ਵਿੱਚ ਬੈਠੇ ਨੇ। ਸੋ ਇਹ ਜਿਹੜੀ ਸਾਡੀ ਇੱਥੇ ਦੀ ਹੈ ਜਿਹੜੀ ਵਰਸਟ ਕੰਡੀਸ਼ਨ, ਔਰ ਲੋਕ ਪਾਣੀ ਲਈ ਤਿਹਾਏ ਆ, ਸਭ ਤੋਂ ਜ਼ਿਆਦਾ ਪਾਣੀ ਦੀ ਹੀ ਆ ਰਿਹਾ। ਹੁਣੀ ਵੀ ਇੱਕ ਆ ਇੱਧਰ ਟੀਮ ਆ ਉਹ ਵੀ ਪਾਣੀ ਲੈ ਕੇ ਆਈ ਹੈ, ਸਾਰੇ ਮਤਲਬ ਰਾਸ਼ਨ ਪਾਣੀ, ਮੇਨ ਚੀਜ਼ ਤਾਂ ਇਹੀ ਆ ਕਿ ਉਹਨਾਂ ਨੂੰ ਉੱਥੋਂ ਰੈਸਕਿਊ ਕਰਕੇ ਉਹਨਾਂ ਨੂੰ ਸੇਫ ਜਗ੍ਹਾ ਦੇ ਉੱਤੇ ਪਹੁੰਚਾਇਆ ਜਾ ਸਕੇ। ਰਾਸ਼ਨ ਦੀ ਕਮੀ ਆ, ਪਹੁੰਚਾਉਣ ਦੀ ਕਮੀ ਆ, ਬੇਸਿਕਲੀ ਬੋਟਸ ਦੀ ਕਮੀ ਆ। ਬੇਸਿਕ ਅਮੈਨਿਟੀਜ਼ ਜਿਹੜੀ ਕੀ ਹੈ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਦੋਂ ਤੁਹਾਡੇ ਕੋਲ ਜਦੋਂ ਇਹ ਨਹੀਂ ਹੋ ਰਿਹਾ ਤੁਸੀਂ NDRF ਦੀ ਬੋਟਸ ਜਾਂ ਇੰਡੀਅਨ ਆਰਮੀ ਦੀ ਬੋਟਸ ਦੀ ਵੀ ਮਦਦ ਲੈ ਰਹੇ? ਅਸੀਂ ਤਾਂ ਹੁਣੀ ਮੈਂ ਦੱਸਿਆ ਨਾ ਕਿ ਅਸੀਂ ਹੁਸ਼ਿਆਰਪੁਰ ਤੋਂ ਬੋਟ ਮੰਗਾਈ ਆ, ਇੱਕ ਬੋਟ ਹਲੇ ਤੱਕ ਸਾਡੇ ਕੋਲ ਅਰੇਂਜ ਹੋਈ ਆ। ਕੱਲ੍ਹ ਦੀ ਅਸੀਂ ਮਤਲਬ ਕਿਹਾ ਹੋਇਆ ਸੀਗਾ, ਕੱਲ੍ਹ ਦੀ ਅਸੀਂ ਰਿਕੁਐਸਟ ਕਰ ਰਹੇ ਹਾਂ ਅਸੀਂ ਮੋਹਾਲੀ ਐਡਮਿਨਿਸਟ੍ਰੇਸ਼ਨ, ਕਿਉਂਕਿ ਮੈਂ ਮੋਹਾਲੀ ਤੋਂ ਹਾਂ, ਮੈਂ ਮੋਹਾਲੀ ਐਡਮਿਨਿਸਟ੍ਰੇਸ਼ਨ ਨੂੰ ਕੰਟੈਕਟ ਕੀਤਾ, ਉਹ ਕਹਿੰਦੇ ਅਸੀਂ ਲੋਕਲ ਏਰੀਏ 'ਚ ਦੇ ਸਕਦੇ ਹਾਂ, ਹੋਰ ਕਿਤੇ ਨਹੀਂ ਦੇ ਸਕਦੇ। ਫਿਰ ਅਸੀਂ ਤੁਰੀ ਹੈਗੇ ਆ ਉਹਨਾਂ ਨੂੰ ਪੁੱਛਿਆ, ਉਹਨਾਂ ਕੋਲ ਬੋਟ ਹੀ ਨਹੀਂ ਹੈਗੀ, ਮਤਲਬ ਜਿੱਥੇ ਜਿੱਥੇ ਸਾਡੇ ਲਿੰਕ ਸੀਗੇ ਅਸੀਂ ਟਰਾਈ ਕੀਤਾ, ਅਤੇ ਹੁਣ ਵੀ ਪ੍ਰਾਈਵੇਟ ਬੋਟ ਆ ਇਹਨਾਂ ਦੇ ਕਿਸੇ ਫਰੈਂਡ ਨੇ ਭੇਜਿਆ ਹੁਸ਼ਿਆਰਪੁਰ ਤੋਂ, ਹੁਣ ਉਹ ਬੋਟ ਲੈ ਕੇ ਜਿੰਨਾ ਕੁ ਵੀ ਅਸੀਂ ਕਰ ਸਕਦੇ ਹਾਂ ਵੀ ਵਿਲ ਡੂ ਦੈਟ। ਸਿਮਰਨ ਜੀ, ਜਦੋਂ ਕਿ ਕਹਿ ਦਿੱਤਾ ਗਿਆ ਸੀਗਾ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਇੱਕ ਅਲਰਟ ਜਾਰੀ ਕਰ ਦਿੱਤਾ ਗਿਆ ਸੀਗਾ 36 ਤੋਂ 48 ਘੰਟੇ ਤੱਕ ਹੈਵੀ ਰੇਨਫਾਲ ਦੀ ਸੰਭਾਵਨਾ, ਤੁਸੀਂ ਕੀ ਸਮਝਦੇ ਹੋ ਕਿ ਉਸ ਤੋਂ ਬਾਅਦ ਵੀ ਜੇ ਪ੍ਰੀਕੋਸ਼ਨਰੀ ਸਟੈਪਸ ਨਹੀਂ ਲਿੱਤੇ ਗਏ ਤੁਸੀਂ ਕੀ ਸਮਝਦੇ ਹੋ ਸਰਕਾਰ ਦੀ ਨਾਕਾਮੀ ਹੈ? ਸਰ ਓਬਵੀਅਸ ਜੀ ਗੱਲ ਹੈ, ਸਰਕਾਰ ਦੀ ਨਾਕਾਮੀ ਉਹ ਕਿਤੇ ਨਾ ਕਿਤੇ ਸਾਜਿਸ਼ ਦੀ ਬੂਹ ਵੀ ਇਹਦੇ ਵਿੱਚੋਂ ਆ ਰਹੀ ਆ। ਬਿਕੋਜ਼ ਅਗਰ ਆਪਾਂ ਦੇਖੀਏ ਤਾਂ ਇਹ ਕੁਦਰਤੀ ਆਫਤ ਕਰਕੇ ਨਹੀਂ, ਜਿਹੜਾ ਭਾਖੜੇ ਤੋਂ ਪਾਣੀ ਛੱਡਿਆ ਗਿਆ ਉਹਦੇ ਕਰਕੇ ਜ਼ਿਆਦਾ ਜਿਹੜੀ ਹੈਗੀ ਆ ਕੈਜੁਅਲਿਟੀ ਹੋ ਰਹੀ ਆ। ਸੋ ਜਿਹੜਾ ਭਾਖੜੇ ਦਾ ਪਾਣੀ ਹੈ, ਜੇ ਭਾਖੜੇ 'ਚੋਂ ਪਾਣੀ ਉਹਨਾਂ ਨੇ ਛੱਡਣਾ ਸੀਗਾ ਤਾਂ ਪਹਿਲਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਪਹਿਲਾਂ ਲੋਕਾਂ ਨੂੰ ਇੱਥੋਂ ਰੈਸਕਿਊ ਕੀਤਾ ਜਾਂਦਾ, ਲੋਕਾਂ ਨੂੰ ਕੱਢ ਕੇ ਸੇਫੈਸਟ ਪਲੇਸ 'ਤੇ ਪਹੁੰਚਾਇਆ ਜਾਂਦਾ। ਜਿਵੇਂ ਕਿ ਮੈਂ ਇੰਟਰਪਟ ਕਰਾਂਗਾ, ਜਿਵੇਂ ਕਿ ਤੁਸੀਂ ਕਿਹਾ ਕਿ ਨੈਚੁਰਲ ਆਪਦਾ ਨਹੀਂ ਹੈ, ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਸੀਗਾ ਕਿ ਇਹ ਸਿਰਫ ਨੈਚੁਰਲ ਕਲਾਮਿਟੀ ਹੈ ਜਿਹਦੇ ਕਰਕੇ ਅਸੀਂ ਨਹੀਂ ਕਰ ਪਾ ਰਹੇ, ਤੁਸੀਂ ਕੀ ਸਮਝਦੇ? ਆਪਾਂ ਨੂੰ ਪਤਾ ਨਹੀਂ, ਆਪਾਂ ਕਿਹੜਾ ਸਾਰੇ ਲੋਕ ਅੰਨੇ ਆ ਕਿ ਸਾਨੂੰ ਨਹੀਂ ਦੇਖ ਰਿਹਾ ਹੈਗਾ ਕਿ ਕੀ ਕੁਛ ਹੋਇਆ। ਭਾਖੜੇ ਦਾ ਪਾਣੀ ਛੱਡਣਾ ਕੀ ਇੰਨਾ ਜ਼ਰੂਰੀ ਸੀ ਇੱਦਾਂ, ਅਤੇ ਉਹ ਵੀ
फिर उही गल है ना, विदाउट सेफ्टी मेजरमेंट ले बिना तुम जे भाखड़ा के गेट खोल दें तो जोड़िया रेस्क्यू टीम्स आने पहुँचदिया ने, मतलब अज पहुँचदिया ने, जबकि कल तक तो इतने पूरे का पूरा मतलब पिंड रुड़ गया। ईवन जी साड़ी टीम की रिपोर्ट आ इतने जे साड़ी टीम मैंबरस काम कर रहे थे उन्होंने इतने तक दसिया कि इतने बन रोकण के लिए भी कुछ नहीं किया गया आर्मी वालों, तो फिर तुम देख लो भी ये की है सानू तो चीज़ा लगन गई साडे तो जिहड़े नाल दे ओह इत्थे तक भी बोल रहे हैं कि कल्ले पंजाबी सीगे जिन्हां ने कश्मीर के मुद्दे नूं लैके बोलिया ते इस करके केंद्र सरकार आ साडे तों बदला लै, मतलब इहदा सोचण दीआं गल्लां कहण दे आ गल्लां ने, हुण की आ सच इह तां हौली हौली सामने आऊगा। कई नहरां ने जिन्हां दे विच पाणी ही नहीं हैगा, कई इहो जिहां जे मींह दे पाणी करके होया तां ओह नहरां दा घट्टो घट्ट, मैं लुधियाणे वाली नहर आ उहदा वी वाटर लैवल बहुत थल्ले आ, डिक्रीज्ड आ, ते फिर उत्थे क्यों नहीं होया। सो ये चीज़ा सोचने वाली ने भी ये ते जे इन्होंने कहा कि कुदरती आफत करके आते फिर कुदरती आफत करके आते फिर बाकी जगह के उत्ते क्यों नहीं। मैं लुधियाने तो बिलोंग करती हूँ, मेरा पिंड आ जिहड़ा सतलुज का जिहड़ा सतलुज तो गिण के 3-4 किलोमीटर आ साडे पिंड वाल, तो सिचुएशन ऑलमोस्ट ओके आ उत्थे अंडर बिल्कुल ठीक आ। सो ये है ने जिहड़ियां चीज़ा सानू सोचने लई मजबूर कर दियां ने, ते बाकी फिर इन्होंने राहत जिहड़े कार्य ने उह पहलां क्यों नहीं भेजे गए, इस वालिया निशान आ इन्हां दी फेलियर दे उत्ते। कह रहे सी मीटिंगां कर रहे हां सी, साडी जिहड़ी कांग्रेस दी टीम आ उन्हां नूं इत्थे उत्ते भेज रहे हां, फिर इत्थे क्यों नहीं टीम्स देख रही हां। तो आज वेखे साडे नाल मौजूद ने सोशल एक्टिविस्ट ग्रुप जिन्होंने मदद पहुँचाई है लोगों तक, जिहड़े कि लोड़वंद लोग ने, तो नाल दे नाल सरकार दे उत्ते भी सवाले निशान खड़े किए ने कि जदों ये पता लग गया सीगा कि हैवी रेनफॉल हो सकती है जां फिर पता सीगा भाखड़ा तो पानी छड्डिया जाणा है तो उस तो बाद भी प्रिकॉशनरी स्टैप्स जिहड़े कि ने क्यों नहीं लिते गए। कैमरामैन मनजीत दे नाल अनमोल सिंह गुलाटी, लिविंग इंडिया न्यूज़। हिंद पाकिस्तान सरहद ते हुसैनीवाला दे नाल लगदे पिंडां दा हाल तुहानूं विखाउंदे आ किवें दा हाल बणिया होया है। तो फिलहाल गट्टी राजोके का नज़ारा तुसी वेख रहे हो, तो बन तोड़े जान करके पाकिस्तान वालों जड़ा बन तोड़े गया उहदे करके भारती सीमा च सरहद दे नेड़े तुसी वेख सकदे हो कि वे पानी ही पानी हो रखिया है, तो फसलों तो लैके आम लोगों का खासा नुकसान होया। उधर जेकर भाखड़ा डैम की गल की जाए तो हुण डैम के 4 गेट बंद किए गए ने, तुहानूं दस देने आ सवेरे डैम च 1678.03 क्यूसिक पानी मापिया गया है, तो इस दे नाल ही 34,000 क्यूसिक पानी सतलुज दरिया च छड्डिया गया, जिस करके सतलुज दे नाल लगदे इलाकिया च तबाही मचा दी गई। भाखड़ा डैम के गेट फिलहाल बंद किए गए। रोपड़ जिले का 28 सरकारी स्कूलों का हाल काफ़ी माड़ा नज़र आ रहा है, चिक्कड़ ही चिक्कड़ हर थान पर नज़र आ रहा है स्कूल च, जिस करके स्थानक प्रशासन ने 2 दिनों की छुट्टी की सी, पर उस तो मगरों हालात की बने हुए ने, ते बच्चों को किवें परेशानी का सामना करना किवें पै रहा वेखो खास रिपोर्ट। विद्या विचारी तो परोपकारी, पर जनाब जदों तक विद्या विचारी ही नहीं जाएगी तदों तक वह परोपकारी किवें होगी, सवाल वड्डा है उन्हां बच्चों के लिए जो पढ़ लिख के आने वाले कल लई सुनहरे सुपने सजा रहे हैं। पिछले दिन जदों बारिश आई तो इन्हां बच्चों सने हर व्यक्ति नूं राहत लग रही सी, हर कोई यह नहीं जानता सी कि यह राहत उन्हां दे लई आफत बनावेगी। पंजाब विच हड़ आया तो चला भी गया पर अपने पिछे छड गया है अपनियां पैणां अपनी निशान। रूपनगर विच हुण जदों 2 दिन छुट्टी करन तो बाद प्रशासन ने स्कूलों नूं मुड़ खोलन दा सोचिया तां उन्हां लई हड़ दे निशान मिटाउणा इन्ना सौखा नहीं लग रहा। जिले दे स्कूल दे विच चिक्कड़ भर चुकिया है ते किताबां दी महक दी थां हुण चिक्कड़ दी बदबू आ रही है। स्कूलों दे अंदर तक जाण दा कोई भी राह नहीं लभदा, विखाई पैंदा है चिक्कड़ ही चिक्कड़ हर थां ते नज़र आ रहा है। यह भी नहीं कि चिक्कड़ नूं साफ करन दी कोशिश नहीं की गई, पर जो हल्की जिही कोशिश भी की वह भी असफल रही है, लिहाजा हुण स्कूल नूं साफ कर ली मजदूर नहीं मिल रहे। जो मजदूर आ भी रहे ने वो अपने हाथ खड़े करके चले जाते हैं, पर स्कूल नूं साफ करन दियां जो कोशिशां कीतियां गईयां ने उन्हां बारे स्कूल दे टीचर्स दा की कहना है तुहानूं सुना देने हैं। नहीं जी, बहुत हालात ग्राउंड लैवल ते कोई विजिट करके देखे तो बहुत ही बुरे हालात ने, सानूं तो लगदा शायद महीना ही ना लग जाए पूरा सानूं नॉर्मल बनाने दे विच स्कूल नूं।
और दो दिन के नाल तो बच्चों तो समझ नहीं आ रही, पढ़ाई दे पेपर्स दे दिन है उन्होंने, पढ़ाई का समा भी वेस्ट हो रहा है, प्लस कोई हैल्प नहीं मिल रही है, कोई लेबर नहीं मिल पा रही है सानू, सारा पिंड ही डुबिया होया, सारे घर लोग बिजी ने अपना अपना साफ सफाई कर पे कर भी तैयार हैं, फिर भी लोकल लेबर लैके आए हैं वो भी वापस चली गई है इन्ने बुरे हालात देख के। जिस तरह यह अध्यापक कह रहे हैं कि प्रशासन वालों कोई मजदूर ना लगाउण करके स्कूल के अध्यापक खुद ही स्कूल साफ करन च लगे हुए ने, जेकर यह अध्यापका की मनीयत जो स्कूलों के हालात मौजूदा समय च बने हुए ने उन्हें वेखद्या 15 से 20 दिन लग सकते ने। हाँ जी, ये ना साढ़े स्कूल का तकरीबन 50% रिकॉर्ड गल गया है, ज़्यादा ज़्यादा तो है एडमिशन रिलेटिड सीगा, साडा हेल्थ न रिलेटिड सीगा, वजीफे नाल किताबां वंड रजिस्टर होंदे ने, ते एक मेरे स्कूल दे फंड्स दा रिकॉर्ड सीगा वो सारा चले गया, बाकी घर दे विच जिस तरह पानी गया बच्चे जिहड़े किताबां पढ़ाई वाली ने वह भी उन्होंने गल चुकियां होणगियां, अज सर तो लिस्ट मंगी है किन्ना नुकसान होया असीं वह भी मैनशन करके देवांगे कि बच्चों दोबारा किताबां मिल जाण तां ही पढ़ाई शुरू कर सकां। पर स्कूलों के इस हालात को लेकर जो उच्च अधिकारियों नाल गलबात की गई तो बदलते प्रबंधों का हवाला देते नजर आए, बाकी की कुछ क्या है SDM रूपनगर ने तुसी आप सुन लो। हाँ जी, वो BDPO तालमेल किया गया है कि जे नरेगा या होर किसी भी तरीके दे नाल जे उत्थे लेबर मुहैया करवाई जा सकती है तो वह कर रहे हैं, खैराबाद तो भी डिमांड आई सी लेबर की, वह भी मौके पर BDPO हदायत कर। बेशक प्रशासनिक अधिकारी मनरेगा मजदूरों तो स्कूलों की सफाई करवा के जल्द तो जल्द स्कूल खोलने की गल कह रहे हैं, पर वेखना जे बाकी है आखिर कदों तक स्कूलों की सफाई करके इन्हों खुलवाया जाता है, इन्हों विद्या के मंदिरों में मुड़ कदों विद्या की महक फैलती है। रूपनगर तो सज्जन सैनी की रिपोर्ट, लिविंग इंडिया न्यूज। मुख्यमंत्री पंजाब कैप्टन अमरिंदर सिंह ने मोदी को अपील की है, सीनियर हाकी खिडारी बलबीर सिंह ये कह रहे हैं कि भारत रत्न दिता जाए। बलबीर सिंह 3 बार ओलंपियन गोल्ड मैडल जीत चुके हैं, जेतू रहे हैं, तो बलबीर सिंह का हाकी खेड च बेमिसाल योगदान है। कैप्टन ने गल कही है, महान खिडारी को भारत रत्न नाल सन्मानित किया जाए।